ਸਹੀ ਜਿੱਥੇ ਵੀ ਜਵਾਨ ਮਾਰਿਆ ਜਿਸਮਾਇਆ ਜੀ ਸਹੀ
समग्री तुम रे सुतर तारी तुम ते हो ऐसो आज्ञाकारी तुमरी गत मित तुम ही जानी नानक दास सदा गुरबानी तुमरी गत मित तुम ही जानी नानक दास सदा गुरबानी बोलना जी सतनाम श्री वाहिगुरु एक ओंकार श्री वाहिगुरु जी की फतेह श्री भगवती जी सहाय
ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤੈ ਗੁਰੂ ਨਾਨਕ ਲਈ ਪਿਆਰੇ ਤਿਰੰਗਤ ਗੁਰਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਏਕ ਬਹਾਦਰ ਸਿਮਰੈ ਕਰ ਨੌਨ ਦਿਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਟੀਆਂ ਤੱਤੀਆਂ ਸਤਿਗਵਾਨਾਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਦੇਖ ਬਾਹੀ ਦੇਖ ਕੇ ਅੰਡਿਟ ਕੀਤਾ ਇਹਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸ਼ਹੀਦ ਸਿੰਘਾਂ ਸਿੰਘਣੀਆਂ ਨੇ ਧਰਮ ਹੇਰ ਸੀ ਚਿੱਟੇ ਦੰਦ ਬੰਦ ਕਟਵਾਏ ਕੋਕਰੀਆਂ ਲੁਹਾਈਆਂ ਚਰਖੜੀਆਂ 'ਤੇ ਚੜ੍ਹੇ ਨਾਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਦੇ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਰ ਕੇਸਾਂ ਸਵਾਸਾਂ ਸੰਗ ਨਿਭਾਇਆ ਜਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਵੱਲ ਧਿਆਨ ਕਰਕੇ ਬੋਲਣਾ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਉਤਸਾਹ ਦਾਨ ਭਰੋਸਾ ਦਾਨ ਦਾਨਾ ਸੁਲਤਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਚੱਲ ਧਰਮ ਕਾ ਜੈ ਜੈਕਾਰ ਬੋਲਣਾ ਜੀ ਵਾਹਿਗੁਰੂ ਹੇ ਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਨਿਆਸਰਿਆਂ ਦੇ ਆਸਰੀ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਦੀ ਧੁਰਕੀ ਬਾਣੀ ਦਾ ਫਰਮਾਨ ਹੈ ਹੋਂ ਗੁਸਾਈ ਦਾ ਪਹਿਲ ਬਾਨੜਾ ਮੈਂ ਗੁਰ ਮਿਲ ਉੱਚ ਦੁਮਾਲੜਾ ਤਬ ਹੋਈ ਸਿੰਝ ਇਕੱਠੀਆ ਜੈ ਬੈਠਾ ਦੇਖੇ ਆਪ ਜੀਓ ਬਾਤ ਵਜਨ ਕੰਮ ਕਪੇਰੀਆਂ ਮਦੇ ਲੈਂਦੇ ਫੇਰੀਆਂ ਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ ਇਹਨਾਂ ਮਹਾਂਵਾਕਾਂ ਅਨੁਸਾਰ ਆਪ ਦੀ ਕਿਰਪਾ ਕਰੋ ਅਸੀਸ ਬਖਸ਼ਿਸ਼ ਕਰੋ ਪਿੰਡ ਉੱਪਲ ਖਾਲਸਾ ਦੇ ਨਗਰ ਨਿਵਾਸੀਆਂ ਵੱਲੋਂ ਸਰਬੱਤ ਦੇ ਭਲੇ ਵਾਸਤੇ ਜੋ ਹਰ ਸਾਲ ਛਿੰਝ ਮੇਲਾ ਕਰਵਾਇਆ ਜਾਂਦਾ ਹੈ ਅੱਜ ਅੱਠਵਾਂ ਛਿੰਝ ਮੇਲਾ ਸ਼ੁਰੂ ਹੋਣ ਜਾ ਰਿਹਾ ਹੈ ਮਹਾਰਾਜ ਜੀ ਅਖਾੜੇ ਦੇ ਵਿੱਚ ਸਿੱਧੇ ਪਾਤਸ਼ਾਹ ਪੈਰ ਕੱਢਿਆ ਜਾਣਾ ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ ਸਤਿਗੁਰ ਪੂਰੇ ਸੇਵੇ ਦੁੱਖਾਂ ਕਾ ਹੋਏ ਨਾਸ ਨਾਨਕ ਨਾਮ ਰਤ ਹੈ ਕਾਰਜ ਰਾਸ ਹੈ ਰਾਸ ਛਿੰਝ ਮੇਲੇ ਦੇ ਕਾਰਜ ਰਾਸ ਕਰਦੇ ਸਾਰੇ ਪ੍ਰਬੰਧਕਾਂ ਨੂੰ ਸ਼ਹੀਦ ਭਗਤ ਸਿੰਘ ਸਿੰਘ ਕਮੇਟੀ ਦੇ ਮੈਂਬਰਾਂ ਨੂੰ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ ਆਪ ਬਲ ਬਖਸ਼ ਕੇ ਸੱਚੇ ਪਾਤਸ਼ਾਹ ਪ੍ਰਬੰਧ ਦੀ ਸੇਵਾ ਲੈਣੀ ਲੱਗਣ 'ਤੇ ਸੁੱਖ ਪਰਤਾਉਣੀ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਕਰਨੀਆਂ ਆਪ ਦੀਆਂ ਸੰਗਤਾਂ ਵੱਲੋਂ ਜੋ ਤਿਲ ਫੁਲ ਸੇਵਾ ਕੀਤੀ ਪ੍ਰਵਾਨ ਕਰਨੀ ਸੁੱਖ ਹੋਵੇ ਨਾਨਕ ਪਿਆਵੇ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਿਹਾਲ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਮੱਲਾਂ ਨੂੰ ਪਰਚੀਆਂ ਮਿਲ ਚੁੱਕੀਆਂ ਉਹਨਾਂ ਨੂੰ ਬੇਨਤੀ ਹੈ ਤਾਂ ਕਿ
ਤਿਆਰੀ ਖਿੱਚ ਕੇ ਖਾੜੇ ਵਿੱਚ ਪਹੁੰਚਣ ਨੂੰ ਮਨ ਸਾਡੇ ਆਫੀਸ਼ੀਅਲ ਵੀਰ ਸਾਡੇ ਸ਼ੀਰੇ ਵੀਰ ਹੁਣੀ ਪੁੱਜ ਗਏ ਆ ਬਹੁਤ ਬਹੁਤ ਧੰਨਵਾਦ ਆ ਆਫੀਸ਼ੀਅਲ ਅਖਾੜੇ ਵਿੱਚ ਪੁੱਜ ਚੁੱਕੇ ਆ ਹੁਣ ਮੱਲਾਂ ਨੂੰ ਬੇਨਤੀ ਆ ਇੱਕ ਬੇਨਤੀ ਆ ਵੀਰ ਜੀ ਜੋ ਦਰਸ਼ਕ ਵੀਰ ਮੋਟਰਸਾਈਕਲ ਸਵਾਰ ਨੂੰ ਪਾਣੀ ਦਾ ਟੈਂਕ ਹੈ ਕੰਧੇ ਨਾਲ ਜਾ ਕੇ ਖੜੇ ਕਰੋ ਨਾ ਕਿ ਜੋ ਸ਼ਾਹ ਦਾ ਅਰੇਂਜਮੈਂਟ ਕਿਉਂ ਹੈ ਜੀ ਠੀਕ ਹੈ ਭੇਜੋ ਜੀ ਕੁਸ਼ਤੀ ਭੇਜੋ ਮੱਲਾਂ ਨੂੰ ਖਾੜੇ ਵਿੱਚ ਕੁਸ਼ਤੀਆਂ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜੋ ਅੱਜ ਦੀ ਪਹਿਲੀ ਕੁਸ਼ਤੀ www.dwapatv.com ਤੇ ਲਾਈਵ ਪ੍ਰਸਾਰਣ ਚੱਲ ਰਹੇ ਹੈ www.dwapatv.com ਤੇ ਲਾਈਵ ਪ੍ਰਸਾਰਣ ਚੱਲ ਰਹੇ ਹੈ ਆਪਣੇ ਸੱਜਣ ਮਿੱਤਰਾਂ ਨੂੰ ਯਾਰਾਂ ਦੋਸਤਾਂ ਨੂੰ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਦੱਸ ਦਿਓ ਵੀ www.dwapatv.com ਜੋ ਲਾਈਵ ਪ੍ਰਸਾਰਣ ਇਸ ਵੇਲੇ ਸ਼ੁਰੂ ਹੋ ਚੁੱਕੀ ਹੈ ਉੱਪਰ ਖਾਲਸਾ ਦਾ ਜੋ ਸ਼ਿੰਦ ਮੇਲਾ ਹੈ ਇਸ ਦਾ ਜੋ ਲਾਈਵ ਪ੍ਰਸਾਰਣ ਹੈ ਉਹ ਸ਼ੁਰੂ ਹੋ ਚੁੱਕੀ ਹੈ ਮੱਲਾਂ ਨੂੰ ਬੇਨਤੀ ਹੈ ਜਿਹਨਾਂ ਮੱਲਾਂ ਨੂੰ ਪਹਿਲੀਆਂ ਪਰਚੀਆਂ ਮਿਲ ਚੁੱਕੀਆਂ ਹੈ ਉਹਨਾਂ ਨੂੰ ਬੇਨਤੀ ਛਿੰਜ ਕਮੇਟੀ ਉੱਪਰ ਖਾਲਸਾ ਅੱਜ ਉਸ ਸੂਰਮੇ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਵੀ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਅਲੱਗ ਅਲੱਗ ਵਧਾਈਆਂ ਅੱਜ ਉਹ ਸੂਰਮੇ ਦਾ ਜਨਮ ਦਿਹਾੜਾ ਵੀ ਹੈ ਉਸ ਦੇ ਨਾਂ ਤੇ ਸ਼ਹੀਦ ਭਗਤ ਸਿੰਘ ਛਿੰਜ ਕਮੇਟੀ ਜੋ ਛਿੰਜ ਕਮੇਟੀ ਦਾ ਜੋ ਕਲੰਬ ਦਾ ਨਾਮ ਹੈ ਸ਼ਹੀਦ ਭਗਤ ਸਿੰਘ ਛਿੰਜ ਕਮੇਟੀ ਕਿ ਸਰ ਫਰੋਸ਼ੀ ਕੀ ਤਮੰਨਾ ਅਬ ਹਮਾਰੇ ਦਿਲ ਮੇ ਹੈ ਦੇਖਣਾ ਹੈ ਜ਼ੋਰ ਕਿਤਨਾ ਬਾਜ਼ੇ ਕਾਤਲ ਮੇ ਹੈ ਸ਼ਹੀਦ ਆਜਮ ਆਜ਼ਾਦੀ ਦੇ ਭੁਲਾਕੀਏ ਪੈਦਾ ਹੋਏ ਹੈ ਮੇਰੇ ਸੋਹਣੇ ਦੇਸ਼ ਦੀ ਧਰਤੀ ਤੇ ਸੂਰਮੇ ਪੈਦਾ ਹੋਏ ਹੈ ਸ਼ਹੀਦ ਆਜਮ ਸਰਦਾਰ ਭਗਤ ਸਿੰਘ ਛਿੰਜ ਕਮੇਟੀ ਉੱਪਰ ਖਾਲਸਾ ਅੱਜ ਵਧਾਈ ਦੀ ਪਾਤਰ ਹੈ ਜੋ ਸਾਲਾਨਾ ਛਿੰਜ ਮੇਲਾ ਹਰ ਸਾਲੀ ਜਿਸ ਛਿੰਜ ਮੇਲੇ ਵਿੱਚ ਦੁਨੀਆ ਦੇ ਵੀ ਪੰਜਾਬ ਦੇ ਹਿੰਦੁਸਤਾਨ ਦੇ ਕੁਛ ਕੋਟੀ ਦੇ ਜੋ ਮਾਤਾ ਹੈ ਉਹ ਇਸੇ ਚੰਗੀ ਦੀ ਕੁਰਸੀ ਤੇ ਲੜਦੇ ਆ ਚੰਗੀ ਦੀ ਕੁਰਸੀ ਤੇ ਖੁੱਲਦੇ ਆ ਅੱਜ ਵਧਾਈ ਦੀ ਪਾਤਰ ਹੈ ਸਮੁੱਚੀ ਛਿੰਜ ਕਮੇਟੀ ਪਹਿਲਵਾਨੀ ਵੱਲੋਂ ਬੇਨਤੀ ਆ ਜਿਹਨਾਂ ਮੱਲਾਂ ਨੂੰ ਪਰਚੀਆਂ ਮਿਲ ਚੁੱਕੀਆਂ ਹੈ ਉਹ ਆ ਕੇ ਖਾੜੇ ਵਿੱਚ ਪੁੱਜਣ ਜਿਹਨਾਂ ਪਹਿਲਵਾਨਾਂ ਨੂੰ ਪਰਚੀਆਂ ਮਿਲ ਚੁੱਕੀਆਂ ਹੈ ਖਾੜੇ ਵਿੱਚ ਪੁੱਜਣ ਦੀ ਕਿਰਪਾਲਤਾ ਕਰਨਾ ਆਜਮ ਦੋਨੋਂ ਮਾਲਕ ਹਫਤਾ ਨੰਬਰ ਪਰਚੀ ਦੀ ਜੋ ਪਹਿਲੀ ਪਰਚੀ ਪੁੱਜੀ ਹੈ ਨਾਲ ਹੀ ਜਿਹਨਾਂ ਜਿਹਨਾਂ ਮੱਲਾਂ ਨੂੰ ਪਰਚੀਆਂ ਪ੍ਰਾਪਤ ਹੋ ਜਾਂਦੀਆਂ ਨਾਲ ਹੀ ਖਾੜੇ ਵਿੱਚ ਪੁੱਜੀਆਂ ਬਹੁਤ ਬਹੁਤ ਧੰਨਵਾਦ ਹਕੀਕ ਧਿਆਨ ਸਾਡਾ ਵੀਰ ਪੁੱਜਿਆ ਹੋਇਆ ਹੈ ਬਹੁਤ ਬਹੁਤ ਧੰਨਵਾਦ ਜਸਵੰਤ ਖੜਕ ਉਹ ਸੰਕਿਤ ਕਰਕੇ ਜੋ ਮੈਸੇਜ ਦੁਨੀਆ ਭਰ ਦੇ ਵਿੱਚ ਸਾਹਿਲ ਮਹਿਤਪੁਰ ਉਹਨੂੰ ਬਿਲਕੁਲ ਇਹ ਵੀ ਦੋਨੋਂ ਮੱਲਾਂ ਨੂੰ ਬੇਨਤੀ ਹੈ ਇਹ ਵੀ ਪਹੁੰਚ ਜਾਣਾ ਗੱਲ ਦੇ ਅਖਾੜੇ ਦੇ ਵਿੱਚ ਇਕਬਾਲ ਬਿਰਗਾ ਤੇ ਜੱਸਾ ਪੰਗਾ ਇਹ ਤਿੰਨ ਕੁਸ਼ਤੀਆਂ ਛੇਆਂ ਮੱਲਾਂ ਦੀ ਬੇਨਤੀ ਹੈ ਅਖਾੜੇ ਵਿੱਚ ਪਹੁੰਚਾਓ ਲਗਭਗ ਇੱਕ ਕੁਸ਼ਤੀ ਅਖਾੜੇ ਵਿੱਚ ਸ਼ੁਰੂ ਹੋ ਚੁੱਕੀ ਹੈ ਮਨੀਕਾਨਾ ਕੇਸੀਆ ਤੇ ਮਿੱਠੂ ਮਹਿਤਪੁਰ ਦੋਨੋਂ ਮੱਲਾਂ ਨੂੰ ਬੇਨਤੀ ਹੈ ਇਹ ਵੀ ਮੱਲ ਜਲਦੀ ਪਹੁੰਚਣ ਅਖਾੜੇ ਦੇ ਵਿੱਚ ਬਹੁਤ ਬਹੁਤ ਧੰਨਵਾਦ ਸਮੁੱਚੀ ਸਾਰੀ ਸੰਗਤ ਜਿੰਨੀ ਵੀ ਸੰਗਤ ਇਲੈਕਟ੍ਰੋਸੀ ਨਕਰ ਗੁਆਂਢੀ ਨਕਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਦੀ ਬੱਚੇ ਸਹਿਯੋਗ ਸਾਡੇ ਸਲਾਨਾ ਛਿੰਗ ਮਿਲਾ ਕੇ ਸਾਡੀ ਚੱਲਦਾ ਹੈ ਮੈਂ ਧੰਨਵਾਦ ਕਰਦਾ ਹੈ ਧਰਮਿੰਦਰ ਵੀਰ ਜੀ ਧਰਮਿੰਦਰ ਵੀਰ ਜੀ ਸਾਹਿਲ ਮਹਿਤਪੁਰ ਤਿੰਨ ਕੁਸ਼ਤੀਆਂ ਖਾੜੇ ਵਿੱਚ ਚੱਲਣੀਆਂ ਨੂੰ ਸਾਹਿਲ ਵਾਲੇ ਲੰਗੋਰ ਦੇ ਵਿੱਚ ਮਾਲਕ ਆ ਗਿਆ ਖਾੜੇ
ਜਗ ਤੇ ਮੋਨੂ ਜਿੰਦਾ ਜਲਦੀਆ ਦੇ ਖਾਤ ਦਿੱਤਾ। ਮੈਂ ਕੁਲਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਵੱਡੇ ਮਾਣ ਕੀਤੇ ਹੈ। ਕਿਰਤੀ ਕਿਸਾਨ ਜੁਨੀਅਰ ਪਿੰਡ ਦੇ ਜੋ ਪ੍ਰਧਾਨ ਨੇ ਉਹਨਾਂ ਦਾ ਧੰਨਵਾਦ ਵੱਡਾ ਮਾਣ ਕਰਦੇ ਹਾਂ। ਮੋਨੂ ਬਿੰਦਾ ਸਾਹਿਬ ਆਪਾਂ ਤੁਹਾਡਾ ਨਿਆਂ ਮੁੱਕ ਜਾਣਗੇ ਫਿਰ ਸ਼ੁਰੂਆਤ ਕਰ ਸਕਦੇ।